ਅਮਨ ਹਾਂਜੀ ਉਹ ਮੈਂ ਕਹਿੰਦਾ ਸੀ ਕੌਫੀ ਬਣਾ ਕੇ ਦੇ ਦੇ ਯਾਰ। ਬਣਾ ਕੇ ਦੇ ਦੇ ਤੈਨੂੰ ਕੌਫਾ, ਉਹ ਤਾਂ ਚੱਕ ਕੇ ਮੂੰਹ ਫੜਾਤੀ ਮੈਂ ਇਸ ਬਿੰਦੇ ਬਿੰਦੇ ਆ ਕੇ, ਕਦੇ ਚਾਹ ਬਣਾ ਲੈ ਕਦੇ ਕੌਫੀ ਬਣਾ ਲੈ। ਓਏ ਫਿਰ ਹੁਣ ਕੀ ਹੋ ਗਿਆ, ਮੈਂ ਤਾਂ ਮੰਗੀ ਨਹੀਂ ਹੈਗੀ ਕੌਫੀ ਤੜਕੇ ਦੀ। ਅਖੇ ਤੜਕੇ ਦੀ ਨੀ ਕੌਫੀ ਮੰਗੀ, ਕੀ ਗੱਲ ਇੱਥੇ ਬੁਰੀ ਬੰਨੀ ਆ। ਉਹ ਤਾਂ ਚੱਕ ਕੇ ਮਿੰਟ ਚ ਰੱਸਾ ਖੋਲ ਕੇ ਫੜਾਤਾ ਉਹਦਾ, ਅਖੇ ਲੈ ਜਾ ਵੱਡੇ ਦਾਨੀ ਨੇ। ਉਹ ਗੱਲ ਤਾਂ ਪੱਕੀ ਹੈ ਤੇਰੀ, ਮਹੀਨਾ ਹੋ ਗਿਆ ਉਹ ਮੁੜ ਕੇ ਮੈਨੂੰ ਬੰਦਾ ਪੈਸੇ ਨਹੀਂ ਦੇਣ ਆਇਆ, ਮੈਂ ਜਾ ਕੇ ਨਾ ਉਹਨਾਂ ਦੇ ਘਰੇ। ਨਾ ਨਾ ਵਟਗੋ ਵਟਗੋ ਸਮਾਇਆ ਵੇ ਲੈ ਜੋ, ਕੌਣ ਖਲੋਣਾ ਹੁੰਦਾ ਹੈ ਰਸੇ ਜਿਵੇਂ ਤੈ ਖਲਾਤਾ ਮੈਂ ਇਸਦਾ। ਚੱਲ ਕਾਹਨੂੰ ਬੋਲੀ ਜਾਣੀ ਹੈ, ਮੈਂ ਉਹਨਾਂ ਦੇ ਘਰੇ ਜਾ ਕੇ ਆਉਣਾ, ਤੇ ਉਹਨੇ ਤਾਂ ਮਾਂ ਦੇ ਪੁੱਤ ਨੇ ਨਾ ਮੈਨੂੰ ਫੋਨ ਕੀਤਾ ਤੇ ਨਾ ਆ ਪਾਇਆ, ਜਾ ਕੇ ਆਉਣਾ ਮੈਂ। ਆਹੋ ਉਹਨੂੰ ਤੇਰੇ ਵਰਗੇ ਬੰਦੇ ਮੈਂ ਮਿਲਣਗੇ ਕਿੱਥੋਂ, ਉਹਨੇ ਆਖਿਆ ਤਾਂ ਵਧੀਆ ਚੱਲ ਬੁੱਧੂ ਜਿਹਾ ਬੰਦਾ ਇੱਥੇ ਆਇਆ, ਕਹੇ ਤਾਂ ਮੈਂ ਪੈਸੇ ਦੇ ਜੂੰਗਾ ਜੀ, ਮੁੜ ਕੇ ਤਾਂ ਨਹੀਂ ਆ ਤਾਂ ਪਤਾ ਲੈਤਾ ਜਿਵੇਂ ਸਾਹੂਕਾਰ ਹੁੰਨੇ ਆ ਤੁਸੀਂ ਐ ਬਣੇ ਬੈਠੇ ਹੋ। ਚੱਲ ਮੇਰੀ ਗੱਲ ਸੁਣ, ਡੈਰੀ ਤੋਂ ਮੈਂ ਦੁੱਧ ਵੀ ਪਵਾ ਲਿਉ ਤੇ ਉਹਨਾਂ ਦੇ ਘਰੇ ਵੀ ਜਾ ਕੇ। ਹਾਂ ਲੈ ਕੇ ਆਇਆ ਕਰੋ, ਮੈਂ ਨਹੀਂ ਜਾਂਦੀ ਕਿਸੇ ਦੇ ਡੋਲੂ ਚੱਕ ਕੇ ਹੁਣ। 3 ਮਿੰਟਾਂ ਬਾਅਦ ਬਣਾ ਲਓ ਕੌਫੀ। ਪਤਾ ਨਹੀਂ ਘਰੇ ਵੀ ਹੋਊ ਕਿ ਨਹੀਂ। ਬਾਈ ਆ ਪਤਾ ਨੀ ਕਿਹੜਾ ਆ ਗਿਆ ਤੜਕੀ, ਲੋਕਾਂ ਨੂੰ ਵੀ ਚੈਨ ਨੀ ਹੈਗੀ, ਇੱਥੇ ਦੱਸ ਕੀ ਬੜੇਵੇਂ ਧਰੇ ਹੋਏ ਨੇ। ਖੜ ਜਾ ਭਾਈ, ਕੀ ਅੱਗ ਲੱਗੀ ਆ ਪੈਰਾਂ ਥੱਲੇ, ਵੀ ਚੈਨ ਨੀ ਹੈਗੀ। ਸਤਿ ਸ੍ਰੀ ਅਕਾਲ ਭਾਈ। ਸਤਿ ਸ੍ਰੀ ਅਕਾਲ, ਤਾਂ ਠੀਕ ਆ ਭਾਈ। ਹਾਂਜੀ ਬਾਈ ਹੈਗਾ ਘਰੇ? ਕੀ ਕੰਮ ਸੀ ਬਾਈ? ਮੈਂ ਤਾਂ ਪੈਸੇ ਲੈਣ ਆਇਆ ਸੀ ਬਾਈ ਤੋਂ, ਮੈਸ ਲਿਆਇਆ ਸੀ ਆਪਣੇ ਘਰੋਂ। ਉਹ ਕਿਹੜੀ ਮੈਸ ਬਾਈ? ਬਾਈ ਮਹੀਨਾ ਹੋ ਗਿਆ ਸਾਡੇ ਘਰੋਂ ਮੈਸ ਲਿਆਂਦੀ ਨੂੰ, ਤੇ ਪੈਸੇ ਹਜੇ ਤੱਕ ਨਹੀਂ ਦੇ ਕੇ ਆਇਆ ਬਾਈ। ਬਾਈ ਮੈਨੂੰ ਨਹੀਂ ਉਹਦੇ ਬਾਰੇ ਸੌਦਿਆਂ ਦਾ ਪਤਾ, ਉਹਦੇ ਨਾਲ ਫੋਨ ਤੇ ਗੱਲ ਕਰ ਲਿਓ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਭਾਈ। ਕਮਾਲ ਹੈ ਯਾਰ, ਬੰਦਾ ਬਾਹਰ ਚ ਖੜਾ ਹੈ, ਬਾਹਰ ਭੇੜ ਕੇ ਅੰਦਰ ਨੂੰ ਉੱਡ ਗਈ, ਕੋਈ ਰਾਹ ਪਾਈ ਗੱਲ ਨੇ। ਕਰ ਲਓ ਘਿਓ ਨੂੰ ਭਾਂਡਾ, ਇਹ ਉਹਦੇ ਨਾਲੋਂ ਵੀ ਤੇਜ਼ ਲੱਗਦੀ ਹੈ ਮਾਂ ਦੀ ਧੀ। ਕੋਈ ਨੀ, ਫੋਨ ਤੇ ਤਾਂ ਮੈਂ ਗੱਲ ਕਰ ਲੂ ਉਹਦੇ ਨਾਲ। ਅਮਨ ਕੀ ਹੋ ਗਿਆ? ਜਾਇਆ ਯਾਰ ਮੈਂ ਤਾਂ ਉਹਨਾਂ ਦੇ ਘਰੇ। ਫਿਰ ਲਿਆਂਦੇ ਪੈਸੇ ਲਿਆ ਫੜਾ। ਆਹੋ ਉਹਦੇ ਘਰ ਵਾਲੀ ਤਾਂ ਉਹਦੇ ਨਾਲੋਂ ਵੀ ਤੇਜ਼ ਹੈ, ਮਾਂ ਦੀ ਧੀ ਨੇ ਮੈਨੂੰ ਕੁਝ ਦੱਸੇ ਹੀ ਨਹੀਂ, ਖੜੇ ਨੂੰ ਬਾਰ ਬੰਦ ਕਰਕੇ ਅੰਦਰ ਉੱਡ ਗਈ। ਮੈਨੂੰ ਕਹਿੰਦੀ ਮੈਨੂੰ ਨੀ ਪਤਾ ਉਹਦੇ ਬਾਰੇ ਤਾਂ। ਤੇਰੇ ਵਰਗੇ ਨਾ ਲੋਕ ਵੇਚ ਕੇ ਖਾ ਜਾਣ, ਜੇ ਅਗਲੇ ਦੀ ਤੀਵੀਂ ਆਏ ਕਿਵੇਂ ਪੜਨ ਦੇਣ ਦੀ ਘਰੇ, ਕਿਹਾ ਆਊਗਾ ਭਾਵੇਂ ਬੈਠਾ ਅਗਲਾ ਅੰਦਰ ਹੋਵੇ। ਫਿਰ ਹੁਣ ਮੈਂ ਧੱਕੇ ਨਾਲ ਥੋੜੀ ਵੜ ਸਕਦਾ ਸੀ, ਜਿਵੇਂ ਅਗਲੀ ਨੇ ਮੈਨੂੰ ਕਹਿਤਾ ਉਵੇਂ ਮੈਂ ਗੱਲ ਸੁਣ ਕੇ ਮੁੜਿਆ ਆ। ਕੋਈ ਨੀ, ਮੈਨੂੰ ਲੈ ਕੇ ਜਾਣਾ ਉਹਨਾਂ ਦੇ ਘਰੇ, ਜੇ ਘੰਟੇ ਚ ਨਾ ਮੈਂ ਪੈਸੇ ਕਢਾ ਲਿਆਵਾਂ, ਅਗਲੇ ਮੂਹਰੇ ਮਿਣ ਮਿਣ ਲੱਗ ਜਾਂਦੇ ਹੋ ਕਰ, ਜਿਵੇਂ ਦੇਣਾ ਹੁੰਦਾ ਅਗਲੇ ਦਾ ਕੁਛ, ਲੈਣੇ ਆਪਾਂ ਪੈਸੇ ਅਗਲੇ ਤੋਂ। ਚੱਲ ਕੋਈ ਨੀ, ਕਦੇ ਨਾ ਕਦੇ ਤਾਂ ਮੈਨੂੰ ਮਿਲ ਹੀ ਜਾਊਗਾ ਉਹ, ਬਥੇਰਾ ਚਿਰ ਹੋ ਗਿਆ ਉਹਦੇ ਮਗਰ ਧੱਕੇ ਖਾਂਦੇ ਫਿਰਦੇ ਨੂੰ, ਜਿੱਦੇ ਮੈਨੂੰ ਉੱਥੇ ਆ ਗਿਆ ਰੁਪਈਏ ਨੀ ਉਹਦੇ ਕੋਲ ਛੱਡਦਾ ਮੈਂ। ਲਿਆ ਦੁੱਧ। ਦੁੱਧ ਲਿਆ ਕੇ ਦਿੰਦਾ ਯਾਰ, ਮੇਰਾ ਤਾਂ ਮਨ ਖਰਾਬ ਹੋ ਗਿਆ ਸੀਗਾ, ਦੁਬਾਰੇ ਜਾਂਦਾ ਕੋਈ ਨੀ। ਜਾ ਬਾਗ ਜੋ ਲੈ ਆਓ ਦੁੱਧ, ਗੇੜੇ ਖਾਂਦੇ ਫਿਰਦੇ ਆ, ਉਹਦੇ ਘਰ ਵਾਲੀ ਨੇ ਮੈਨੂੰ ਐਂ ਕਹਿਤਾ ਐਂ ਕਹਿਤਾ, ਘਰ ਵਾਲੀ ਤਾਂ ਗਾਹਾਂ ਚੈੱਕ ਨਾ ਦੇ ਦੇ ਕੱਟ ਕੇ, ਇਹੋ ਜਿਹਿਆਂ ਦੇ ਠੱਗਾਂ ਦੇ ਘਰ ਵਾਲੀਆਂ ਵੀ ਉਹੋ ਜਿਹੀਆਂ ਠੱਗਣੀਆਂ ਹੁੰਦੀਆਂ ਨੇ। ਆ ਕਿੱਧਰੋਂ ਆ ਗਿਆ? ਓ ਕੀ ਹਾਲ ਹੈ? ਵਧੀਆ ਬਾਈ ਵਧੀਆ, ਤੂੰ ਦੱਸ? ਓ ਮੈਂ ਤਾਂ ਠੀਕ ਆ, ਈਦ ਦਾ ਚਾਂਦੀ ਹੋ ਗਿਆ ਪਤੰਦਰਾ, ਮਿਲੇ ਹੀ ਨਹੀਂ ਮੁੜ ਕੇ। ਓ ਕਾਹਨੂੰ ਯਾਰ, ਮੈਂ ਤਾਂ ਮਾਲ ਲੈ ਕੇ ਵਗ ਗਿਆ ਸੀ ਦਿੱਲੀ 10-12 ਮੱਝਾਂ, ਓਏ ਮੈਨੂੰ ਤਾਂ ਘਾਟਾ ਪੈ ਗਿਆ, ਉਹਨਾਂ ਨੇ ਗਾਹਾਂ ਪੈਸੇ ਹੀ ਨਹੀਂ ਦਿੱਤੇ ਯਾਰ। ਤੂੰ ਦੇਖ ਲੈ ਕਰਮੇ, ਤੈਨੂੰ ਮੈਂ ਸਿਖਲਾਈ ਸੀ ਬਈ, ਮੁੜ ਕੇ ਤੂੰ ਮੈਨੂੰ ਮਿਲਿਆ ਨਹੀਂ ਹੈਗਾ, ਮੈਨੂੰ ਮੇਰੇ ਘਰ ਵਾਲੀ ਗਾਲਾਂ ਦਿੰਦੀ ਹੈ, ਨਾਲੇ ਬੈਠੇ ਨੇ ਜਵਾਕ ਦੁੱਧ ਤੋਂ, ਮੁੜ ਕੇ ਨਾ ਮੈਨੂੰ ਮਹਿਸ ਮਿਲੀ ਨਾ ਰੁਪਈਏ ਮਿਲੇ ਬਾਈ ਬਣ ਕੇ, ਮੈਨੂੰ ਰੁਪਈਆਂ ਦੀ ਹੁਣ ਬਾਹਲੀ ਜ਼ਿਆਦਾ ਲੋੜ ਹੈ।
ਉਹ ਮੈਂ ਘਰੇ ਹੀ ਨਹੀਂ ਸੀਗਾ ਬਾਈ, ਜੇ ਮੈਂ ਘਰੇ ਹੁੰਦਾ ਫਿਰ ਤਾਂ ਤੇਰੇ ਰੁਪਈਏ ਖਰੇ ਸੀ, ਤੇ ਹੁਣ ਤੈਨੂੰ ਦੱਸੀਦਾ ਨਾ ਮੈਨੂੰ ਤਾਂ ਆਪ ਨੂੰ ਘਾਟਾ ਪੈ ਗਿਆ ਯਾਰ। ਲੈ ਯਾਰ ਤੂੰ ਬਾਈ ਮੇਰੇ ਨਾਲ ਫੇਰ ਧੋਖਾ ਧੜੀ ਕਰਨ ਨੂੰ ਫਿਰਦਾ, ਵੀਰ ਬਣ ਕੇ ਹੁਣ ਮੈਨੂੰ ਪੈਸਿਆਂ ਦੀ ਲੋੜ ਹੈ, ਪੈਸੇ ਦੇ ਯਾਰ ਮੈਨੂੰ। ਕਿੰਨੇ ਕੁ ਪੈਸਿਆਂ ਦੀ ਲੋੜ ਆ ਤੈਨੂੰ? ਲੈ ਬਾਈ ਯਾਰ 50,000 ਰੁਪਈਆ ਲੈਣਾ ਤੇਥੋਂ, 50 ਦੇ ਤੂੰ ਮੈਨੂੰ। ਉਹ ਫਿਰ ਬਾਈ ਮੇਰੇ ਕੋਲੇ ਇੰਨੇ ਪੈਸੇ ਤਾਂ ਨਹੀਂ ਹੈਗੇ। ਲੈ ਯਾਰ ਉਹੀ ਗੱਲਾਂ ਬਾਈ, ਤੂੰ ਦੇਖ ਲੈ ਉਸ ਟਾਈਮ ਯਾਦ ਕਰ ਤੂੰ ਜਦੋਂ ਤੂੰ ਮੈਸ ਖੋਲ ਕੇ ਜਾਂਦਾ ਸੀ ਕੀ ਕਹਿੰਦਾ ਸੀ ਉਹ, ਤੂੰ ਮੈਨੂੰ ਐਂ ਆਖਿਆ ਸੀ ਤੇਰੇ ਕੱਲ ਨੂੰ ਪੈਸੇ ਦੇ ਜੂ ਬਾਈ, ਅੱਜ ਹੁਣ ਆਹ ਦਿਨ ਆ ਗਿਆ। ਓਏ ਫਿਰ ਹੁਣ ਮੇਰੇ ਵੀ ਹੱਥ ਖੜੇ ਆ, ਮੈਂ ਵੀ ਕੀ ਕਰਾਂ, ਜੇ ਮੈਨੂੰ ਦਿੱਲੀ ਵਾਲੇ ਦੇ ਦਾਂਦੇ ਨਾ ਫਿਰ ਤਾਂ ਮੈਂ ਤੇਰੇ ਸਾਰੇ ਪੈਸੇ ਮੋੜ ਦਾਂਦਾ ਯਾਰ, ਹੁਣ ਮੇਰੇ ਕੋਲੇ ਇੰਨੇ ਪੈਸੇ ਤਾਂ ਨਹੀਂ ਹੈਗੇ। ਉਹ ਫਿਰ ਕਿੰਨੇ ਆ ਤੇਰੇ ਕੋਲੇ? ਮੇਰੇ ਕੋਲੇ ਤਾਂ ਇਸ ਟਾਈਮ 15,000 ਰੁਪਇਆ। 15,000 ਰੁਪਇਆ ਹੈਗਾ? ਓਏ ਪੈਸੇ ਤਾਂ ਮੇਰੇ ਕੋਲੇ ਹੈਗੇ ਸੀ ਅੱਜ 35,000-40,000 ਰੁਪਇਆ, ਉਹ ਮੈਂ ਕਿਸੇ ਨੂੰ ਦੇ ਕੇ ਆਇਆ ਪੈਸੇ ਉਹ। ਅੱਛਾ ਹੋਰ ਚੱਲ ਮੇਰੀ ਗੱਲ ਸੁਣ, ਤੂੰ ਮੈਨੂੰ 15,000 ਰੁਪਇਆ ਹੀ ਦੇ ਦੇ ਯਾਰ। 15,000 ਰੁਪਇਆ? ਐਂ ਕਰ ਫਿਰ ਰਾਤ ਨੂੰ ਮੈਂ ਤੈਨੂੰ 12 ਵਜੇ ਗੂਗਲ ਪੇ ਕਰ ਦੂੰਗਾ। ਪੱਕੀ ਗੱਲ ਹੈ? ਓਏ ਹੋਰ, ਉਹ ਮੈਨੂੰ ਦਿੱਲੀ ਵਾਲੇ ਕਹਿੰਦੇ ਸੀ 10 ਵਜੇ ਤੈਨੂੰ ਉਹ ਪਾ ਦੇਣਗੇ ਪੈਸੇ, 2 ਘੰਟਿਆਂ ਬਾਅਦ ਮੈਂ ਤੈਨੂੰ ਪਾ ਦੂੰ ਫਿਰ। ਚੱਲ ਚੰਗਾ, ਤੈਨੂੰ ਮੈਂ ਆਪਦਾ ਅਕਾਊਂਟ ਨੰਬਰ ਭੇਜ ਦਿੰਦਾ ਹੈਗਾ, ਪੈਸੇ ਪਾ ਦੀ ਯਾਦ ਕਰਕੇ। ਲੈ ਪੱਕਾ, ਹੁਣ ਮੈਂ ਤੇਰੇ ਪੈਸੇ ਥੋੜੀ ਦੱਬੂ ਯਾਰ, ਰਾਜ ਕਮਾਲ ਦੀਆਂ ਗੱਲਾਂ ਨੇ। ਚੱਲ ਕੋਈ ਗੱਲ ਨਹੀਂ, ਨੰਬਰ ਤੈਨੂੰ ਭੇਜਦਾ ਮੈਂ, ਪਾ ਦੀ ਫਿਰ। ਚੰਗਾ ਭੇਜ ਦੇ। ਚੰਗਾ ਲੈ ਬਈ, ਆਹ ਤਾਂ ਨਜ਼ਾਰੇ ਹੀ ਆ ਗਿਆ ਓਏ, ਆਪਾਂ ਤਾਂ ਮੱਝ ਥੋੜੇ ਪੈਸਿਆਂ ਚ ਹੀ ਰਹਿ ਗਈ, ਰੱਬ ਸਿੱਧੀਆਂ ਪਾਉਂਦਾ। ਆ ਜਾ Complete Samra, WhatsApp audio. ਇਸ ਵੇਲੇ ਕੌਣ ਕਰੀ ਜਾਂਦਾ ਫੋਨ? ਹੈਂ, 140 ਮੈਸੇਜ, 90 ਮਿਸ ਕਾਲਾਂ, ਇਹ ਕੀ ਗੱਲ? ਦੂਰ 1,00,000 ਰੁਪਈਆ, ਇਹ ਕਿਹਨੇ ਭੇਜਤਾ ਵੀ? ਕੋਈ ਚੱਕ ਲਾ ਭਰਾਵਾ ਫੋਨ, ਨਾ ਮੈਸੇਜ ਦੇਖਦਾ। ਹੈਲੋ ਰਾਜ, ਉਹ ਸ਼ੁਕਰਾ ਭਰਾਵਾ ਦਾ ਫੋਨ ਚੱਕ ਲਿਆ, ਗੱਲ ਤਾਂ ਸੁਣ। ਉਹ ਕੀ ਗੱਲ ਹੋ ਗਈ, ਐਂ ਕਿਉਂ ਘਬਰਾਇਆ ਪਿਆ ਤੂੰ? ਹਾਂ 1,50,000 ਤਾਂ ਆਇਆ। ਓਹੋ, ਉਹ ਫਿਰ ਮੇਰੀ ਗਲਤੀ ਤਾਂ ਨਹੀਂ, ਉਹ ਤਾਂ ਗਲਤੀ ਤੇਰੀ ਹੈ, ਮੈਂ ਕੀ ਕਰ ਸਕਦਾ ਇਹਦੇ ਵਿੱਚ? ਉਹ ਬਾਈ ਮੈਂ ਤੈਨੂੰ 15,000 ਰੁਪਇਆ ਸੈਂਡ ਕਰਦਾ ਸੀ, ਉਹ ਮੇਰੀ ਗਲਤੀ ਨਾਲ 1,00,000 ਵੱਧ ਲੱਗ ਗਈ, ਉਹ ਤੇਰੇ ਕੰਨੀ 1,50,000 ਰੁਪਇਆ ਵੱਗ ਗਿਆ। ਉਹ ਤੂੰ ਐਂ ਕਰ, ਆਪਦਾ 15,000 ਰੁਪਇਆ ਕੱਟ ਕੇ ਨਾ, ਉਹ ਬਾਕੀ ਪੈਸੇ ਮੈਨੂੰ ਮੇਰੇ ਪਾ ਦੇ ਯਾਰ ਵਾਪਸ, ਉਹ ਮੈਨੂੰ ਬਾਹਲੀ ਲੋੜ ਆ ਬਾਈ। ਉਹ ਤੂੰ ਤਾਂ ਮੈਨੂੰ ਕਹਿੰਦਾ ਸੀ ਵੀ ਮੇਰੇ ਕੋਲ 1 ਰੁਪਇਆ ਵੀ ਨਹੀਂ ਹੈ, ਤੇ ਹੁਣ ਤੂੰ ਮੈਨੂੰ 1,50,000 ਰੁਪਇਆ ਸੈਂਡ ਕਰਤਾ। ਉਹ ਜਿੰਨਾ ਤੂੰ ਮੈਨੂੰ ਜਲੀਲ ਕੀਤਾ ਨਾ, ਹੁਣ ਮੈਂ 4 ਬੰਦੇ ਇਕੱਠੇ ਕਰਕੇ ਉਹਨਾਂ ਨਾਲ ਫੈਸਲਾ ਕਰੂੰਗਾ ਵੀ ਮੈਂ ਤੇਰਾ 1,50,000 ਰੁਪਈਏ ਰੱਖ ਲਾਂ, ਜਾਂ ਮੈਂ ਆਪਦਾ 50,000 ਰੁਪਇਆ ਕੱਟ ਕੇ ਬਾਕੀ ਤੈਨੂੰ ਵਾਪਸ ਕਰ ਦਿਆਂ, ਕਿ ਮੈਂ ਤੇਰੇ ਸਾਰੇ ਪੈਸੇ ਰੱਖ ਲਾਂ ਤੇ ਤੈਨੂੰ ਜਲੀਲ ਕਰਾਂ ਜਿਵੇਂ ਤੂੰ ਮੈਨੂੰ 2-3 ਮਹੀਨੇ ਜਲੀਲ ਕਰਦਾ ਰਿਹਾ। ਹੈਂ? ਉਹ ਬਾਈ ਮੜ ਕੇ ਐਂ ਨਾ ਕਰੀ ਯਾਰ, ਰਾਜ ਮੇਰੀ ਗੱਲ ਸੁਣ, ਦੇਖ ਮੈਥੋਂ ਜਿਹੜੀਆਂ ਗਲਤੀਆਂ ਹੋ ਗਈਆਂ ਠੀਕ ਆ, ਉਹ ਹੁਣ ਤੂੰ ਨਾ ਐਂ ਕਰੀ ਯਾਰ, ਉਹ 50,000 ਤੂੰ 56,000 ਕੱਟ ਲਾ, 2,000 ਰੁਪਇਆ ਵਿਆਜ ਦਾ ਕੱਟ ਲਾ, ਉਹ ਮੇਰਾ 1,00,000 ਰੁਪਇਆ ਮੋੜ ਦਿਓ ਬਾਈ ਬਣ ਕੇ, ਮੇਰੇ ਵੀ ਨਿੱਕੇ ਨਿੱਕੇ ਜਵਾਕ ਆ, ਉਹ ਮੈਂ ਤਾਂ ਜਿੱਡੀ ਮਰਜ਼ੀ ਹੋਂਦ ਪਾ ਲਾ ਓਏ, ਅੱਜ ਤੋਂ ਬਾਅਦ ਮੈਂ ਕਿਸੇ ਨੂੰ ਮਿੱਠੀਆਂ ਗੋਲੀਆਂ ਨਹੀਂ ਦਿੰਦਾ ਬਾਈ, ਮੈਂ ਸੱਚ ਤੇ ਖੜੂੰਗਾ, ਮੇਰਾ 1,00,000 ਰੁਪਇਆ ਮੋੜ ਦਿਓ ਬਾਈ ਬਣ ਕੇ, ਹੱਥ ਬਣਾ ਲਾ ਮੈਥੋਂ।